ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸ੍ਰੋਤਜਨੂ ਜੀ ਆਨ ਕਰਾਰੀ ਹਾਰ ਤੋਂ ਬਾਅਦ ਆਖਰ ਬੋਲ ਪਿਆ ਕੈਪਟਨ ਕਿਸੇ ਨੇ ਸੋਚਿਆ ਵੀ ਨਹੀਂ ਸੀ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਕੈਪਟਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਲਈ ਉਹਨਾਂ ਦੇ 4.5 ਸਾਲ ਦੇ ਕਾਰਜਕਾਲ ਨੂੰ ਜ਼ਿੰਮੇਵਾਰ ਟਰੋਲੇਨਦੀਪ ਸਿੰਘ ਸੂਰਚੇਵਾਲਾ ਤੇ ਪਲਟਵਾਰ ਕੀਤਾ ਹੈ ਪੰਜਾਬ ਦੇ ਦੋ ਆਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਨੇ ਸ਼ਾਨਾ ਵਿੰਦੇ ਕਹਿੰ ਹੈ ਕਾਂਗਰਸ ਲੀਡਰਸ਼ਿਪ ਕਦੇ ਵੀ ਨਹੀਂ ਸਿੱਖੇਗੀ ਉਹਨਾਂ ਪੁੱਛਿਆ ਕਿ ਫਿਰ ਯੂਪੀ ਵਿੱਚ ਨਿਮੋਸ਼ੀపరి ਹਾਲ ਵਿੱਚ ਕੌਣ ਜ਼ਿੰਮੇਵਾਰ ਹੈ ਮਣੀਪੁਰ ਗੋਆ ਤੇ ਉੱਤਰਾਖੰਡ ਬਾਰੇ ਕੀ ਕਹੋਗੇ ਗੋਰਤਲਬ ਹੈ ਕਿ ਉੱਤਰ ਪ੍ਰਦੇਸ਼ ਮਣੀਪੁਰ ਗੋਆ ਉੱਤਰਾਖੰਡ ਵਿੱਚ ਵੀ ਕਾਂਗਰਸ ਸਰਕਾਰ ਬਣਉਣ ਲਈ ਸਿੱਟਣ ਹੈ ਜਿਸ ਤੱਕ ਕਿ ਪੰਜਾਬ ਵਿੱਚ ਹਾਰ ਲਈ ਸੁਰਜੀਵਾਲ ਨੇ ਕੈਪਟਨ ਦੇ ਕਾਰਜਕਾਲ ਨੂੰ ਜ਼ਿੰਮੇਵਾਰ ਦੱਸਿਆ ਹੈ ਸੂਰਜੀਵਾਲ ਦਾ ਕਹਿਣਾ ਹੈ ਕਿ ਕਾਂਗਰਸ ਨੇ ਚੰਜੀ ਸਿੰਘ ਚੰਨੀ ਦੀ ਗਵਾਹੀ ਵਿੱਚ ਨਵੀਂ ਲੀਡਰਸ਼ਿਪ ਦਿੱਤੀ ਸੀ ਜੋ ਮਿੱਟੀ ਨਾਲ ਜੁੜੇ ਹੋਏ ਨੇਤਾ ਸਨ ਪਰ ਕੈਪਟਨ ਮਿੰਦਰ ਸਿੰਘ ਦੇ 4.5 ਸਾਲਾਂ ਦੇ ਨਕਾਮ ਕਾਰਜਕਾਲ ਦੇ ਕਾਰਨ ਲੋਕਾਂ ਨੇ ਬਦਲਾਵ ਲਈ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਜੀ ਹਾਂ ਲੋਕਾਂ ਨੇ ਬਹੁਤ ਆਸਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੈ ਹੁਣ ਦੇਖਣਾ ਆਉਣ ਵਾਲੇ ਸਾਲਾਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਜੋ ਆਪਣੇ ਲੋਕਾਂ ਦੀ ਉਮੀਦਾਂ ਦੇ ਘਰੀ ਉਤਰਦੀ ਹੈ ਜਾਂ ਨਹੀਂ ਪੰਜਾਬ ਵਿੱਚ ਕਾਂਗਰਸ ਨੂੰ ਘਾਰੀ ਹਾਰ ਦਾ ਮੂੰਹ ਦੇਖਣਾ ਪਿਆ ਪੰਜਾਬ ਦੇ ਮਹਨ ਚੰਦੇ ਸਿੰਘ ਚਨੇ ਚਮਕੋਟ ਸਾਹਿਬ ਤੇ ਬਧੋੜ ਦੋਵੇਂ ਹੀ ਵਿਧਾਨ ਸਭਾ ਸੀਟਾਂ ਤੋਂ ਟੋਨ ਲਾਟ ਰਹੇ ਸਨ ਕਾਂਗਰਸ ਪਰ ਦਾ ਨਵਜੋਤ ਸਿੱਧੂ ਅੰਮ੍ਰਿਤਸਰ ਈਡ ਸੀਟ ਤੋਂ ਹਾਰ ਮਿਲੀ ਹੈ ਖਬਰਾਂ ਆਸਕ ਦੇਖਣ ਲਈ ਤੁਹਾਡਾ ਬਹੁਤ ਬਹੁਤ